ਵਧੀਆ ਮਾੜੇ ਮੋਟੇ ਸਾਡੇ ਵਾਂਗ ਵਿਚਾਰਾ ਬਹੁਤ ਵੀਰ ਹੈ ਸਾਡਾ ਛੋਟਾ ਅਤੇ ਇਹ ਆ ਵਿਰਾਜ ਇਹਨੇ ਵੀ ਇੱਕ ਬਾਈਕ 'ਤੇ ਗਾਣਾ ਲਿਖਿਆ ਇਹ ਵੀ ਰਾਈਟਰ ਆ ਮੁੰਡਾ ਅਤੇ ਸਾਡੇ ਨਾਲ ਐਂਕਰਿੰਗ ਵੀ ਕਰਦੇ ਆ ਅਤੇ ਸ਼ਰਮਾ ਜੀ ਉਹ ਜਿਹੜਾ ਗਾਣਾ ਤੁਸੀਂ ਲਿਖਿਆ ਨਾ ਬਾਈਕ 'ਤੇ ਉਹੀ ਟੱਪਾ ਸੁਣਾ ਦਿਓ ਅਤੇ ਬਾਈ ਸਾਰੇ ਜਣਾਂ ਨੂੰ ਬੇਨਤੀ ਆ ਵੀ ਉਸ ਜਦੋਂ ਗਾਣਾ ਰਿਲੀਜ਼ ਹੋ ਗਿਆ 12 ਤਰੀਕ ਨੂੰ ਰਿਲੀਜ਼ ਹੋਣਾ ਅਤੇ ਉਸੇ ਦੇ ਉੱਪਰ ਵੀਰ ਬਣ ਕੇ ਸਾਰਿਆਂ ਨੇ ਰੀਲਾਂ ਬਣਾ ਦਿਓ ਜਿੱਦਾਂ ਆਪਾਂ ਬਾਈ ਨੂੰ ਪਿਆਰ ਕਰਦੇ ਹਾਂ ਉਦਾਂ ਹੀ ਛੋਟੀ ਬੰਦ ਨੂੰ ਪਿਆਰ ਕਰੀਏ ਆਪਣਾ ਬਾਈ ਦਾ ਵੀ ਆਪਾਂ ਨੂੰ ਇਹੀ ਮੈਸੇਜ ਹੁੰਦੇ ਆ ਵੀ ਆਪਣੇ ਛੋਟੇ ਵੀਰਾਂ ਨੂੰ ਅੱਗੇ ਲੈ ਕੇ ਤਾਂ ਕਿ ਅਗਲੀ ਵਾਰੀ ਇਹ ਬਾਈ ਦੇ ਅਕੋਰਡਿੰਗ ਕੁਛ ਹੋਰ ਲਿਖ ਸਕਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਥੈਂਕ ਯੂ ਜੇ ਚੰਗਾ ਲੱਗਿਆ ਤਾਂ ਅਗਲੀ ਵਾਰੀ ਰਿਪੋਰਟ ਦੇ ਇੱਕ ਮਿੰਟ ਵਾਲਾ ਥੋੜ੍ਹਾ ਧਿਆਨ ਰੱਖ ਕੇ ਗੱਲ ਕਰਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਬਹੁਤ ਵਧੀਆ ਫੰਕਸ਼ਨ ਰੱਖਿਆ ਸੋ ਆਪਣਾ ਗੀਤ ਆ ਰਿਹਾ ਜੀ 12 ਤਰੀਕ ਨੂੰ 3-4 ਦਿਨਾਂ ਤਾਈਂ ਪੈਗਾ ਗਾਣੇ ਦਾ ਨਾਂ ਉਹਦੇ ਵਿੱਚ ਆਪਾਂ ਸਪੈਸ਼ਲ ਮਾਨ ਸਾਹਿਬ ਦਾ ਜ਼ਿਕਰ ਕੀਤਾ ਇੱਕ ਟੱਪੇ 'ਚ ਸੋ ਤੁਸੀਂ ਰੀਲਾਂ ਵੀ ਜ਼ਰੂਰ ਬਣਾਉਣੀਆਂ ਉਮੀਦ ਆ ਤੁਹਾਨੂੰ ਵਧੀਆ ਲੱਗੇਗਾ ਫਟਾਫਟ ਸੁਣਾਉਂਦੇ ਮਿੱਤਰਾਂ ਦੇ ਨਾਲ ਸਦਾ ਲੁੱਟੀ ਦੇ ਹਾਂ ਬੁੱਲੇ ਚੱਲਦੇ ਆ ਮਿੱਤਰਾਂ ਦੇ ਖਰਚੇ ਵੀ ਖੁੱਲੇ ਪੱਪੂ ਮਾਣ ਲਾ ਕੇ ਬੱਲੀਏ ਉਹ ਨਾਲ ਨਾਲ ਗਾ ਕੇ ਬੱਲੀਏ ਉਹਦੇ ਗੀਤਾਂ ਨਾਲ ਚਿੱਤ ਪਰ ਚਾ ਲੈਂਦੇ ਹਾਂ ਕਦੇ ਕਦੇ ਹਾਂ ਕਿਤੇ ਕਿਤੇ ਕਦੇ ਕਦੇ ਪੈਗ ਪੁੱਗ ਲਾ ਲੈਂਦੇ ਹਾਂ ਲਾ ਕੇ ਪੈਗ ਮੂੜ ਜਾ ਬਣਾ ਲੈਂਦੇ ਹਾਂ ਕਦੇ ਕਦੇ ਪੈਗ ਪੁੱਗ ਲਾ ਲੈਂਦੇ ਹਾਂ ਲਾ ਕੇ ਪੈਗ ਮੂੜ ਜਾ ਬਣਾ ਲੈਂਦੇ ਹਾਂ ਹੋਏ ਆਪਣਾ ਗੀਤ ਆਇਆ ਸੀ ਜੀ ਖੰਟ ਵਾਲਾ ਮਾਨ ਉਹ ਵੀ ਤੁਹਾਨੂੰ ਸੁਣਾਉਂਦਾ ਨੀ ਅਸੀਂ ਮੱਧ ਤੋਂ ਹੀ ਭੈਣ ਬੱਬੂ ਮਾਨ ਢੇਰ ਕਾਨੇ ਨੀ ਤੂੰ ਸੋਹਣਿਆ ਅੰਗਰੇਜ਼ੀ ਕਿੱਥੋਂ ਨਿਬਣੇ ਯਾਰਾਨੇ ਸੁਣ ਕੇ ਤਾਂ ਦੇਖ ਕੇਰਾ ਬੱਬੂ ਮਾਨ ਨੂੰ ਤੈਨੂੰ ਆਉਣਗੇ ਨਜ਼ਾਰੇ ਓਏ ਹੋਏ ਹੋਏ ਆਏ ਹਾਏ ਹਾਏ ਖੰਟ ਵਾਲੇ ਮਾਨ ਦੀ ਆ ਗੱਲਬਾਤ ਐਂਡ ਤੈਨੂੰ ਦੱਸਾਂ ਮੁਟਿਆਰੇ ਬੱਬੂ ਮਾਨ ਬਾਈ ਦੀ ਆ ਗੱਲਬਾਤ ਐਂਡ ਤੈਨੂੰ ਦੱਸਾਂ ਮੁਟਿਆਰੇ ਪਹਿਲੀਆਂ ਦੇ ਵਿੱਚ ਪਿੰਡ ਪਹਿਰਾ ਸੀ ਲਵਾਤਾ ਮਿੱਤਰਾਂ ਦੀ ਛਤਰੀ ਨੇ ਸਭ ਨੂੰ ਬਿਠਾਤਾ ਹਸ਼ਰ ਨੇ ਸਾਰਿਆਂ ਨੂੰ ਸੋਚਾਂ ਵਿੱਚ ਪਾਤਾ ਚੱਲੀ ਥੀਏਟਰਾਂ 'ਚ ਸਾਰੇ ਖੰਟ ਵਾਲੇ ਮਾਨ ਦੀ ਆ ਗੱਲਬਾਤ ਐਂਡ ਤੈਨੂੰ ਦੱਸਾਂ ਮੁਟਿਆਰੇ ਸੋ ਥੈਂਕ ਯੂ ਸੋ ਮਚ ਇਹ ਵੀ ਆਪਣਾ ਗੀਤ ਆਇਆ ਹੋਇਆ ਖੰਟ ਵਾਲਾ ਮਾਨ 20 ਤਰੀਕ ਨੂੰ ਮੂਵੀ ਆ ਰਹੀ ਆ ਤੁਸੀਂ ਜ਼ਰੂਰ ਪਹੁੰਚਣਾ ਜਿਹੜੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਹੋ ਸੁੱਚਾ ਸ਼ੂਰਮਾ ਦੇਖਣ ਬਹੁਤ ਘੈਂਟ ਮੂਵੀ ਆ ਟਿਕਟ ਤਾਂ ਤੁਸੀਂ ਦੇ ਲਿਆ ਅਤੇ ਉਹ ਤਾਂ ਤੁਸੀਂ ਸੁਪਰ ਡੁਪਰ ਹਿੱਟ ਕਰ ਹੀ ਲਿਆ ਸੋ ਪਰਿਵਾਰ ਸਮੇਤ ਆਉਣਾ ਫੈਮਲੀ ਮੂਵੀ ਆ ਸੋ ਕੋਈ ਗਲਤੀ ਹੋਈ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਥੈਂਕ ਯੂ ਸੋ ਮਚ ਕੱਟੜ ਫੈਨਾਂ ਦਾ ਮਾਨ ਸਾਹਿਬ ਕੋਈ ਹੋਰ ਵੀ ਸਾਡਾ ਭਰਾ ਗੀਤ ਗਾਉਣਾ ਚਾਹੁੰਦਾ ਤਾਂ ਪਲੀਜ਼ ਆ ਜਾਓ ਥੈਂਕ ਯੂ ਸੋ ਮਚ ਥੈਂਕ ਯੂ